ਆਜ ਅਸੀਂ ਦਾ ਚੈਪਟਰ ਨੰਬਰ 15 에어 ਅਰਾਊਂਡ ਅਸ ਪੜ੍ਹਨ ਜਾ ਰਹੇ ਹਾਂ ਇਸ ਚੈਪਟਰ ਦੇ ਵਿੱਚ ਹਵਾ ਬਾਰੇ ਵਾਯੂ ਮੰਡਲ ਗੈਸਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ 에어 ਅਰਾਊਂਡ ਅਸ ਸਾਡੇ ਦੁਆਲੇ ਹਵਾ ਹਮ ਸਾਡਾ ਪਹਿਲਾ ਟੌਪਿਕ ਹੈ 에어 ਦਾ ਇਨਵੀਜ਼ੀਬਲ ਗੈਸੇਸ ਸਬਸਟੈਂਸ ਸਰਾਊਂਡਿੰਗ ਦੀ ਅਰਥ ਇਨਵੀਜ਼ੀਬਲ ਗੈਸੇਸ ਇਨਵੀਜ਼ੀਬਲ ਕੀ ਹੁੰਦਾ ਜਿਸ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਦੇਖ ਨਹੀਂ ਸਕਦੇ ਹਵਾ ਜੋ ਸਾਡੇ ਹਰ ਪਾਸੇ ਹਰ ਜਗ੍ਹਾ ਤੇ ਹੁੰਦੀ ਹੈ ਸਿਰਫ ਆਪਾਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਗੈਸੀਅਸ ਫਾਰਮ ਦੇ ਵਿੱਚ ਹੁੰਦੀ ਹੈ 에ਅਰ ਮਿਕਸਚਰ ਹੁੰਦੀ ਹੈ ਆਕਸੀਜਨ ਨਾਈਟ੍ਰੋਜਨ ਐਂਡ 1% ਇਹਦੇ ਵਿੱਚ ਕਾਰਬਨ ਡਾਈਆਕਸਾਈਡ CO2 ਹੁੰਦੀ ਹੈ ਨੈਕਸਟ ਦਾ ਬਲੈਂਕਟ ਆਫ 에ਅਰ दैट ਸਰਾਉਂਡ ਦੀ ਅਰਥ ਇਜ਼ ਕਾਲਡ ਇਜ਼ ਕਾਲਡ ਐਟਮੋਸਫੀਅਰ ਐਟਮੋਸਫੀਅਰ ਵਾਯੂਮੰਡਲ ਧਰਤੀ ਦੇ ਦੁਆਲੇ ਹਵਾ ਦਾ ਇੱਕ ਬਲੈਂਕਟ ਬਣਿਆ ਹੁੰਦਾ ਹੈ ਜਿਸ ਨੂੰ ਆਪਾਂ ਵਾਯੂਮੰਡਲ ਕਿਹਾ ਕਿਹਾ ਜਾਂਦਾ ਹੈ ਧਰਤੀ ਦੇ ਆਲੇ ਦੁਆਲੇ ਹਵਾ ਫੈਲੀ ਹੋਈ ਹੈ ਸਪੇਸ ਦੇ ਵਿੱਚ ਹਵਾ ਹੁੰਦੀ ਹੈ ਜੋ ਕਿ ਜਿਸ ਨੂੰ ਆਪਾਂ ਵਾਜੂਮੰਡਲ ਕਹਿੰਦੇ ਹਾਂ 에ਅਰ ਇਜ਼ ਫਾਊਂਡ ਐਵਰੀਵੇਅਰ ਵੀ ਕੈਨ ਨਾਟ ਸੀ 에ਅਰ ਬਟ ਵੀ ਕੈਨ ਫੀਲ ਇਟ ਹਵਾ ਹਰ ਜਗ੍ਹਾ ਤੇ ਹੁੰਦੀ ਹੈ ਪਰ ਅਸੀਂ ਇਸ ਨੂੰ ਦੇਖ ਨਹੀਂ ਸਕਦੇ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ 에ਅਰ ਇਨ ਮੋਸ਼ਨ ਇਜ਼ ਕਾਲਡ ਵਿੰਡ 에ਅਰ ਇਨ ਮੋਸ਼ਨ ਇਜ਼ ਕਾਲਡ wind ਜਦੋਂ 에어 ਮੋਸ਼ਨ ਦੇ ਵਿੱਚ ਆ ਜਾਂਦੀ ਹੈ ਤਾਂ ਉਸ ਨੂੰ ਆਪਾਂ wind ਕਹਿੰਦੇ ਹਾਂ not a motion wind ਬੱਚੇ ਉਸਨੂੰ ਧਿਆਨ ਨਾਲ ਦੇਖ ਲੈਣਾ 에어 ਇਨ ਮੋਸ਼ਨ ਇਜ਼ कॉल्ड wind wind ਮਤਲਬ ਹਵਾ ਬਹੁਤ ਤੇਜ਼ ਜਦੋਂ ਹਵਾ ਮੋਸ਼ਨ ਦੇ ਵਿੱਚ ਆ ਜਾਂਦੀ ਹੈ ਤਾਂ ਤੇਜ਼ ਰਫਤਾਰ ਨਾਲ ਇਸ ਦੀ ਰਫਤਾਰ ਜਿਹੜੀ ਹੈ ਤੇਜ਼ ਹੋ ਜਾਂਦੀ ਹੈ ਜਿਵੇਂ ਹਨੇਰੀ ਆ ਜਾਂਦੀ ਹੈ ਮੀਂਹ ਪੈਣ ਦੇ ਨਾਲ ਹਨੇਰੀਆਂ ਦਾ ਰਫਤਾਰ ਉਹਦੀ ਤੇਜ਼ ਹੋ ਜਾਂਦੀ ਹੈ ਤਾਂ ਉਸ ਨੂੰ ਆਪਾਂ ਵਿੰਡ ਕਹਿੰਦੇ ਹਾਂ ਅੱਗੇ ਆ ਸਾਡੇ ਕੋਲ ਆ ਜਾਂਦੀਆਂ ਨੇ ਪ੍ਰੋਪਰਟੀਆਂ ਆਫ 에ਅਰ ਹਵਾ ਦੀਆਂ ਪ੍ਰੋਪਰਟੀਆਂ ਇਟ ਇਜ਼ ਕਲਰਲੈਸ ਇਟ ਇਜ਼ ਨੋ ਕਲਰ ਇਸ ਦਾ ਕੋਈ ਕਲਰ ਨਹੀਂ ਹੁੰਦਾ ਇਟ ਇਜ਼ ਟ੍ਰਾਂਸਪੇਰੈਂਟ ਵੀ ਕੈਨ ਸੀ ਥਰੂ ਇਟ ਇੱਕ ਟ੍ਰਾਂਸਪੇਰੈਂਟ ਹੁੰਦੀ ਹੈ we can see through it ਜੇ ਟ੍ਰਾਂਸਪੇਰੈਂਟ ਨਾ ਹੋਵੇ ਤਾਂ ਸਾਨੂੰ ਕੁਝ ਨਹੀਂ ਦਿਖੇਗਾ 에ਅਰ ਆਕੂਪਾਈ ਸਪੇਸ ਹਵਾ ਨੂੰ ਹਵਾ ਨੂੰ ਸਪੇਸ ਚਾਹੀਦੀ ਹੁੰਦੀ ਹੈ ਜਗ੍ਹਾ ਚਾਹੀਦੀ ਹੁੰਦੀ ਹੈ ਕਿਉਂਕਿ ਐਟਮੋਸਫੀਅਰ ਵਿੱਚ ਜਿਹੜੀ ਹਵਾ ਫੈਲੀ ਹੋਈ ਹੈ ਜਿਵੇਂ ਆਪਾਂ ਉੱਪਰ ਪੜਿਆ ਐਟਮੋਸਫੀਅਰ ਐਟਮੋਸਫੀਅਰ ਕੀ ਹੈ ਧਰਤੀ ਦੁਆਲੇ ਹਵਾ ਦਾ ਜੇ ਇੱਕ ਬਲੈਂਕਟ ਬਣਿਆ ਹੋਇਆ ਉਹਨੂੰ ਵਾਯੂਮੰਡਲ ਕਹਿੰਦੇ ਆ ਉਸੇ ਤਰ੍ਹਾਂ ਹੀ ਉੱਥੇ ਕੀ ਆ ਐਟਮੋਸਫੀਅਰ ਵਿੱਚ ਹਵਾ ਫੈਲੀ ਹੋਈ ਹੈ ਹਵਾ ਫੈਲੀ ਹੈ उन्होंने स्पे हवा फैली हुई है उन्होंने भी अपनी जगह बनाने स्पेस चाहिए थी है ओनू सैट करने कुछ स्पेस चाहती है क्योंकि एक गैसेज फोन हो करके आपू दिखाई नहीं दी फोर्थ एयर एग्जॉट प्रैशर इन ऑल ट्रैक्शन हवा का प्रैशर हवा का प्रैशर ਸਾਰੀ ਡਾਇਰੈਕਸ਼ਨ ਦੇ ਵਿੱਚ ਹੁੰਦਾ ਹੈ ਜਿਵੇਂ ਕਿ ਗੁਬਾਰੇ ਨੂੰ ਜਦੋਂ ਤੁਸੀਂ ਗੁਬਾਰੇ ਨੂੰ ਫੁਲਾ ਰਹੇ ਹੋ ਤਾਂ ਉਹ ਜਦੋਂ ਆਪਾਂ ਹਵਾ ਗੁਬਾਰੇ ਵਿੱਚ ਹਵਾ ਭਰਦੇ ਹਾਂ ਤਾਂ ਉਹ ਫਟ ਜਾਂਦਾ ਹੈ ਕਿਉਂ ਕਿ ਕਿਉਂਕਿ ਉਹਦੇ ਵਿੱਚ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਹਵਾ ਉਹਦੇ ਵਿੱਚ ਹਵਾ ਦੀ ਸਪੇਸ ਜਿਹੜੀ ਆ ਉਹ ਵੱਧ ਜਾਂਦੀ ਹੈ ਉਸ ਨੂੰ ਠੀਕ ਕਰਨ ਦੇ ਲਈ हवा की जी जगह नहीं होंगी हैगी करके उत्थे प्रैशर जोड़ा जहा ज़्यादा हो जा करके अपना बस्ट हो जाता है बैलून जो बस्ट हो जाता है अगे हमारा सा टॉपिक है स्मोक जो तो देस आर डार्क कलर्ड गैसिज कोज बाय बर्निंग ऑफ एनीथिंग स्मोक अपना कहने धुएं जो तो कोई चीज जल्दी है तो ਧੂਆ ਪੈਦਾ ਹੁੰਦਾ ਹੈ ਫੋਰ ਐਗਜ਼ਾਮਪਲ ਜਿਵੇਂ ਕਿ ਫੈਕਟਰੀਆਂ ਦੇ ਵਿੱਚ ਧੂਆ ਨਿਕਲਦਾ ਜਿਵੇਂ ਸਿਗਰਟ ਹੋ ਗਿਆ ਜਿਸੇ ਆਪ ਕੋਈ ਕਿਸੇ ਚੀਜ਼ ਨੂੰ ਅੱਗ ਲਗਾ ਦਿੰਦੇ ਨੇ ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਜਿਵੇਂ ਕਿਸੇ ਚੀਜ਼ ਨੂੰ ਆਪਾਂ ਅੱਗ ਲਗਾ ਦਿੰਦੇ ਆ ਤਾਂ ਧੂਆ ਪੈਦਾ ਹੋ ਜਾਂਦਾ ਹੈ ਦਿਸ ਨੂੰ ਆਪਾਂ ਕੀ ਆ SMOKE ਕਹਿੰਦੇ ਹਾਂ ਦੇਖ ਡਾਰਕ ਕਲਰ ਗੈਸਿਸ ਦੇਖੋ ਇਹ ਵੀ ਇੱਕ ਤਰ੍ਹਾਂ ਦੀ ਗੈਸ ਹੀ ਹੈ ਜੋ ਕਿ ਡਾਰਕ ਕਲਰ ਦੀ ਹੁੰਦੀ ਹੈ ਕਾਜ਼ਡ ਬਰਨਿੰਗ ਆਫ ਐਨੀਥਿੰਗ ਕਦੋਂ ਪ੍ਰੋਡਿਊਸ ਹੁੰਦੀ ਹੈ ਕਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਚੀਜ਼ ਜਲਦੀ ਹੈ ਜਾਂ ਬਰਨ ਹੁੰਦੀ ਹੈ ਬਰਨ ਮਤਲਬ ਚਲਣਾ ਤਾਂ ਕੋਈ ਚੀਜ਼ ਜਲਦੀ ਹੁੰਦੀ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਧੂੰਆਂ ਐਂਡ ਧੂਆ ਅੱਗੇ ਸਾਡੇ ਕੋਲੋਂ ਦਾ ਕੰਪੋਨੈਂਟਸ ਆਫ 에ਅਰ ਇਸ ਦਾ ਮਤਲਬ ਹੈ ਕਿ 에ਅਰ ਕਿੰਨਾ ਕਿੰਨਾ ਚੀਜ਼ਾਂ ਨਾਲ ਮਿਲ ਕੇ ਬਣੀ ਹੋਈ ਹੈ ਜਿਵੇਂ ਕਿ ਆਪਾਂ ਪਹਿਲਾਂ ਹੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਕਿ ਹਵਾ ਨਾਈਟ੍ਰੋਜਨ ਤੇ ਆਕਸੀਜਨ ਦਾ ਹੀ ਮਿਸ਼ਰਣ ਹੈ इस करके जिना तो किया जो मिश्रण करके की हवा बनी होंगी जिमें कि एक आपका चार्ट बनाया हुआ देख सकते हैं कि सैवनटी एट परसेंट जोड़ा रैड कलर वो है नाइट्रोजन ब्ल्यू कलर है वो है ऑक्सीजन एयर कंटेन मोस्टली नाइट्रोजन एंड ऑक्सीजन जी हवा वा वो ज़्यादातर ऑक्सीजन से नाइट्रोजन ही होंगी है नाइट्रोजन 78% ਆਕਸੀਜਨ 21% ਹੁੰਦੀ ਹੈ ਜਿਹੜਾ 1% ਰਹਿ ਜਾਂਦਾ ਉਹ ਕਾਰਬਨ ਡਾਈਆਕਸਾਈਡ ওয়াটার ਵੇਪਰ ਡਸਟ ਪਾਰਟੀਕਲ ਐਂਡ ਸਮ ਅਦਰ ਗੈਸਿਸ ਹੁੰਦੀਆਂ ਹਨ ਦਾ ਕੰਪੋਜੀਸ਼ਨ ਆਫ ਗੈਸਿਸ ਇਨ 에ਅਰ ਚੇਂजेस ਫਰੋਮ ਪਲੇਸ ਟੂ ਪਲੇਸ ਹਵਾ ਵਿੱਚ ਜ਼ਿਆਦਾਤਰ ਮਾਤਰਾ ਕਿਹਦੀ ਕਿਹਦੀ ਹੁੰਦੀ ਹੈ ਨਾਈਟ੍ਰੋਜਨ ਦੀ ਹੁੰਦੀ ਹੈ ਤੇ ਆਕਸੀਜਨ ਦੀ ਹੁੰਦੀ ਹੈ 1% ਕਾਰਬਨ ਡਾਈਆਕਸਾਈਡ ਵਾਟਰ ਵੇਪਰ ਮਤਲਬ ਪਾਣੀ ਦੀ ਭਾਫ਼ ਡਸਟ ਪਾਰਟੀਕਲ ਮਤਲਬ ਧੂੜ ਦੇ ਕਣ ਐਂਡ ਸਮ ਅਦਰ ਤੇ ਕੁਝ ਹੋਰ ਗੈਸਾਂ ਵੀ ਹੁੰਦੀਆਂ ਹਨ ਦਾ ਕੰਪੋਜੀਸ਼ਨ ਆਫ ਗੈਸਿਸ ਇਨ 에ਅਰ ਚੇਂजेस ਫਰੋਮ ਪਲੇਸ ਟੂ ਪਲੇਸ ਜਿਹੜੀਆਂ ਗੈਸਿਸ ਨੇ ਹਵਾ ਵਿੱਚ ਉਹ ਕੀ ਹੈ ਪਲੇਸ ਟੂ ਪਲੇਸ ਜਗਾ ਤੋਂ ਜਗਾ ਬਾਈ ਚੇਂਜ ਹੁੰਦੀਆਂ ਰਹਿੰਦੀਆਂ ਹਨ ਅੰਗੇ ਆਪਣੇ ਕੋਲ ਆ ਗਿਆ ਨਾਈਟ੍ਰੋਜਨ ਨਾਈਟ੍ਰੋਜਨ ਕੀ ਹੁੰਦੀ ਹੈ ਪਲਾਂਟਸ ਨੀਡ ਨਾਈਟ੍ਰੋਜਨ ਟੂ ਗਰੋ ਪੌਦਿਆਂ ਨੂੰ ਵਧਣ ਲਈ ਨਾਈਟ੍ਰੋਜਨ ਦੀ ਲੋਡ ਹੁੰਦੀ ਹੈ ਆਕਸੀਜਨ ਯੂਜ਼ਡ ਬਾਏ ਆਲ ਲਿਵਿੰਗ ਥਿੰਗਸ ਟੂ ਰੀਸਟੋਰ ਐਂਡ ਹੈਲਪ ਟੂ ਬਰਨ ਥਿੰਗਸ ਸਾਰੀਆਂ ਜੀਵਤ ਚੀਜ਼ਾਂ ਲਿਵਿੰਗ ਥਿੰਗਸ ਜੀਵਤ ਚੀਜ਼ਾਂ ਅਤੇ ਰੀਸਟੋਰ ਐਂਡ ਹੈਲਪ ਟੂ ਬਰਨ ਥਿੰਗਸ ਅਤੇ ਚੀਜ਼ਾਂ ਸਾੜਨ ਵਿੱਚ ਮਦਦ ਲੈ ਕਰਨ ਲਈ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਜੀਵਤ ਚੀਜ਼ਾਂ ਨੂੰ ਅਤੇ ਕੁਝ ਰੀਸਟੋਰ रिस्टोर ਕਰਨ ਲਈ ਅਤੇ हेल्प टू बर्निंग ਕਰਨ ਲਈ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਕਾਰਬਨ ਡਾਈਆਕਸਾਈਡ ਕਾਰਬਨ प्लांट्स ਐਂਡ ਐਨੀਮਲ ਕੰਜ਼ੂਮ CO2 ਐਂਡ ਪ੍ਰੋਡਿਊਸ O2 ਪੌਦੇ ਅਤੇ ਜਾਨਵਰ ਕੀ ਕਰਦੇ ਹਨ ਪੌਦੇ ਅਤੇ ਜਾਨਵਰ ਸਾਹ ਦੌਰਾਨ CO2 ਦਾ ਸੇਵਨ ਕਰਦੇ ਹਨ ਮਤਲਬ ਕੰਜ਼ੂਮ ਕਰਦੇ ਹਨ ਅਤੇ O2 ਪੈਦਾ ਕਰਦੇ ਹਨ ਡਿਊਰਿੰਗ ਰੈਸਪੀਰੇਸ਼ਨ ਇਟ ਇਜ਼ ਯੂਜ਼ਡ ਗ੍ਰੀਨ ਪਲਾਂਟਸ ਫਾਰ ਫੋਟੋਸਿੰਥੇਸਿਸ ਲਈ ਫੋਟੋਸਿੰਥੇਸਿਸ ਲਈ ਹਰੇ ਪੌਦੇ ਵਰਤੇ ਜਾਂਦੇ ਹਨ ਕਿਉਂਕਿ ਇਸ ਕਰਕੇ ਫੋਟੋਸਿੰਥੇਸਿਸ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਹਰੇ ਪੌਦਿਆਂ ਤੋਂ ਇਟ ਇਜ਼ ਰਿਲੀਜ਼ਡ ਔਨ ਬਰਨਿੰਗ ਓਕੇ ਅੱਗੇ ਆਪਣੇ ਕੋਲ ਆ ਗਿਆ ਵਾਟਰ ਵੇਪਰਸ ਵਾਟਰ ਵੇਪਰ ਮਤਲਬ ਪਾਣੀ ਦੀ ਭਾਪ ਫ੍ਰੋਮ ਡਿਊ ਟੂ ਵੈਪੋਰੇਸ਼ਨ ਔਫ ਵਾਟਰਸ ਅਮਾਉਂਟ ਆਫ ਵਾਟਰ ਵੇਪਰ ਪ੍ਰੈਜ਼ੈਂਟ ਇਨ 에ਅਰ ਇਜ਼ ਕਾਲਡ ਹਿਊਮਿਡਿਟੀ ਹਿਊਮਿਡਿਟੀ ਕੀ ਹੁੰਦੀ ਹੈ ਆਪਣੇ ਕੋਲ ਇੱਕ ਨਮੀ ਹੁੰਦੀ ਹੈ ਜਦੋਂ ਹਵਾ ਵਿੱਚ ਮੌਜੂਦ ਪਾਣੀ ਦੀ ਭਾਫ਼ ਜਦੋਂ ਹਵਾ ਵਿੱਚ ਪਾਣੀ ਦੇ ਭਾਪ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਾਂ ਉਹਦੇ ਵਿੱਚ ਹਵਾ ਦੀ ਮਾਤਰਾ ਮੌਜੂਦ ਹੁੰਦੀ ਹੈ ਤਾਂ ਆਪਾਂ ਉਹਨੂੰ ਕਹਿੰਦੇ ਆ ਨਮੀ ਕਿਹਾ ਜਾਂਦਾ ਹੈ ਵੈਨ 에ਅਰ ਕਮ ਇਨ ਕੰਟੈਕਟ ਵਿਦ ਅ ਕੋਲ ਸਰਫ ਕੋਲ ਸਰਫੇਸ ਜਦੋਂ ਹਵਾ ਠੰਡੇ ਸਤ੍ਹਾਤੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਟ ਕੰਡੈਂਸ ਐਂਡ ਡ੍ਰੋਪਸ ਆਫ ਵਾਟਰ ਅਪੀਅਰ ਔਨ ਦਾ ਕੋਲਡ ਸਰਫੇਸ ਜਦੋਂ ਹਵਾ ਠੰਡੇ ਸਰਫੇਸ ਦੀ ਸਤ੍ਹਾ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਤਾਂ ਸਰਫੇਸ ਦੇ ਉੱਪਰ ਕੁਝ ਪਾਣੀ ਦੇ ਤੁਪਕੇ ਸਾਨੂੰ ਜਿਹਾ ਦਿਖਾਈ ਦੇਣ ਲੱਗ ਜਾਂਦੇ ਹਨ ਹਵਾ ਕੁਦਰਤੀ ਐਂਡ ਕੰਡੈਂਸ ਐਂਡ ਡ੍ਰੌਪ ਆਫ ਵਾਟਰ ਅਪੀਅਰ ਔਨ ਦਾ ਕੋਲਡ ਸਰਫੇਸ ਪਹਿਲਾਂ ਕਿ ਆਪਣੇ ਕੋਲ ਹਵਾ ਜਿਹੜੀ ਜਿਹਾ ਉਹ ਕੋਲਡ ਸਰਫੇਸ ਦੇ ਠੰਡੇ ਸਤਾ ਦੇ ਸੰਪਰਕ ਵਿੱਚ ਆਉਂਦੀ ਹੈ ਜਦੋਂ ਸੰਪਰਕ ਵਿੱਚ ਆਉਂਦੀ ਹੈ ਤਾਂ ਸਾਡੇ ਕੋਲ ਕੁਝ ਵਾਟਰ ਦੀਆਂ ਡ੍ਰੌਪਸ ਕੁਝ ਵਾਟਰ ਦੇ ਤੁਪਕੇ ਉਸ ਠੰਡੇ ਸਰਫੇਸ ਤੇ ਦਿਖਾਈ ਦੇਣ ਲੱਗ ਜਾਂਦੇ ਹਨ ਤਾਂ ਪ੍ਰੈਜੈਂਸ ਆਫ ਵਾਟਰ ਵੇਪਰ ਇਜ਼ ਐਨ ਇੰਪੋਰਟੈਂਟ ਫਾਰ ਵਾਟਰ ਸਾਈਕਲ ਇਨ ਨੇਚਰ ਹਵਾ ਕੁਦਰਤ ਵਿੱਚ ਜਲ ਚੱਕਰ ਲਈ ਹਵਾ ਵਿੱਚ ਪਾਣੀ ਦੇ ਭਾਫ ਦੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਮਜੂਦਗੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਤਾਂ ਪ੍ਰੈਜ਼ੈਂਸ ਆਫ వాటర్ ਵੇਪਰ ਮਤਲਬ ਪਾਣੀ ਦੇ ਭਾਫ ਲਈ ਇਟ ਇਜ਼ ਇੰਪੋਰਟੈਂਟ ਫੋਰ 에ਅਰ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਫੋਰ ਵਾਟਰ ਸਾਈਕਲ ਹਵਾ ਫੋਰ ਵਾਟਰ ਪਾਣੀ ਦੇ ਚੱਕਰ ਲਈ ਮਤਲਬ ਜਲ ਚੱਕਰ ਲਈ ਜਲ ਚੱਕਰ ਤੁਸੀਂ ਲਾਸਟ ਕਲਾਸਿਸ ਦੇ ਵਿੱਚ ਪਿਛਲੇ ਚੈਪਟਰ ਦੇ ਵਿੱਚ ਪੜ ਚੁੱਕੇ ਹੋ ਸਾਈਕਲ ਇਨ ਨੇਚਰ ਅੱਗੇ ਸਾਡੇ ਕੋਲ ਆਉਂਦਾ ਹੈ ਡਸਟ ਐਂਡ স্মੋਕ ਡਸਟ ਮਤਲਬ ਧੂੜ ਦੇ ਕਣ স্মੋਕ ਮਤਲਬ ਧੂੰਆਂ স্মੋਕ ਕੰਟੇਨਸ ਫਿਊ ਗੈਸਿਸ ਐਂਡ ਫਾਈਨ ਡਸਟ ਪਾਰਟੀਕਲ স্মੋਕ ਕੀ ਕਰਦੀ ਹੈ ਇਸ ਵਿੱਚ ਗੈਸਿਸ ਹੁੰਦੀਆਂ ਹਨ ਤੇ ਕੁਝ ਫਾਈਨ ਤੇ ਕੁਝ ਧੂੜ ਦੇ ਕਣ ਹੁੰਦੇ ਹਨ ਇਟ ਇਜ਼ ਵੈਰੀ ਬਹੁਤ ਹੀ ਹਾਰਮਫੁਲ ਮਤਲਬ ਬਹੁਤ ਹੀ ਨੁਕਸਾਨਦੇ ਹੁੰਦੇ ਹਨ ਡਸਟ ਪਾਰਟੀਕਲ ਆਰ ਆਲਵੇਸ ਪ੍ਰੈਜ਼ెంట్ ਇਨ 에ਅਰ ਤੇ ਧੂੜ ਦੇ ਕਣ ਹੁੰਦੇ ਨੇ ਹਮੇਸ਼ਾ ਹੀ ਹਵਾ ਦੇ ਵਿੱਚ ਮੌਜੂਦ ਹੁੰਦੇ ਹਨ ਮਾਤਰ ਧੂਏ ਦੇ ਵਿੱਚ ਕੁਝ ਗੈਸਾਂ ਅਤੇ ਧੂੜ ਦੇ ਕਣ ਹੁੰਦੇ ਹਨ ਸਮ ਕੰਟੇਨਰ ਫਿਊ ਗੈਸਸ ਐਂਡ ਫਾਈਨ ਡਸਟ ਪਾਰਟੀਕਲ ਧੂਏ ਦੇ ਵਿੱਚ ਕੁਝ ਗੈਸਾਂ ਅਤੇ ਕੁਝ ਧੂੜ ਦੇ ਕਣ ਹੁੰਦੇ ਹਨ ਇਹ ਬਹੁਤ ਨੁਕਸਾਨਦੇ ਹੁੰਦੇ ਹਨ ਡਸਟ ਪਾਰਟੀਕਲ ਆਲਵੇਸ ਪ੍ਰੈਜ਼ੈਂਟ ਇਨ 에ਅਰ ਡਸਟ ਪਾਰਟੀਕਲ ਹਮੇਸ਼ਾ ਹੀ ਹਵਾ ਦੇ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਹੀ ਰਹੇ ਹੋ ਇੱਕ ਬੋਲ ਹੈ ਬੋਲ ਦੇ ਵਿੱਚ ਛੋਟਾ ਜਾਂ ਥਿਨ ਓਪਨਿੰਗ ਹੋਲ ਕੀਤਾ ਹੋਇਆ ਉੱਪਰ ਦੀ ਸਨ ਸਨ ਲਾਈਟ ਜਦੋਂ ਆਉਂਦੀ ਹੈ ਤਾਂ ਆਪਣੇ ਕੋਲ ਥੋੜੇ ਥੋੜੇ ਡਸਟ ਪਾਰਟੀਕਲ ਆਪਾਂ ਨੂੰ ਦਿਖਾਈ ਦਿੰਦੇ ਹਨ ਜਿਵੇਂ ਤੁਸੀਂ ਇਹ ਆਪਣੇ ਤੁਸੀਂ ਘਰ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਸਨ ਲਾਈਟ ਇਨ ਦਾ ਐਂਟਰ ਇਨ ਦਾ ਰੂਮ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਲਸ ਵਗੈਰਾ ਇਸ ਤਰ੍ਹਾਂ ਦੇ ਤੁਸੀਂ पार्टीकल्स देख सकते हो जिमें कि स्क्रीन के उपर ती देख रहे हो इस तरह के दे देख सकते हो अगे साडे को ज्यादा है इंपॉर्टेंस ऑफ एयर एयर महत्ता एयर इज नीडिड फॉर ब्रीथिंग सह लैन लिय प्लांट्स नीड एयर टू मेक फूड पौद्यान भोजन बनाने लिय बर्ड फ्लाई इन एयर एरोप्लेन आलसो गो अप इन एयर बिकॉज ऑफ प्रैशर ਪੰਛੀ ਹਵਾ ਵਿੱਚ ਉੱਡਦੇ ਹਨ ਜਹਾਜ਼ ਵੀ ਦਬਾਅ ਕਰਨ ਹਵਾ ਵਿੱਚ ਚੜਦੇ ਹਨ 에ਰੋਪਲੇਨ ਆਲਸੋ ਗਿਵ ਅਪ ਇਨ 에ਅਰ ਜਹਾਜ਼ ਵੀ ਹਵਾ ਵਿੱਚ ਚੜਦੇ ਹਨ ਬਿਕੋਜ਼ ਆਫ ਕਿਉਂਕਿ ਪ੍ਰੈਸ਼ਰ ਦੇ ਹਵਾ ਦੇ ਦਬਾਅ ਦੇ ਕਾਰਨ ਅੱਗੇ ਸਾਡੇ ਕੋਲ ਆ ਜਾਂਦਾ ਹੈ ਮੂਵਿੰਗ 에ਅਰ ਜਦੋਂ ਹਵਾ ਮੂਵ ਕਰਦੀ ਹੈ ਜਲਦੀ ਹਦਾ ਪੌਸਲ ਵਿੰਡ ਕਹਿੰਦੇ ਹਨ ਜਦੋਂ ਹਵਾ ਮੋਸ਼ਨ ਦੇ ਵਿੱਚ ਆ ਜਾਂਦੀ ਹੈ ਤਾਂ ਉਸ ਨੂੰ ਵਿੰਡ ਕਹਿੰਦੇ ਹਨ ਦਾ ਵਿੰਡ ਰੋਟੇਟ द विंड मिल रोटेट जो दो विंड हवा रोटेट करती है द विंडल आलसो रोटेट विंड मिल हों की है विंड मिल इज़ यूज टू ड्रॉ वाटर्स द विंड मिल इज़ यूज टू ड्रॉ वाटर्स फ्रॉम ट्यूबवेल्स एंड रन फ्लोर मिल्स विंड मिल्स आर आलसो यूज टू जनरेट इलेक्ट्रिसिटी एयर प्लेस एन इंपॉर्टेंट रोल इन वाटर साइकिल विंड मिल की हों विंड मिल हवा की मिल हवा मिल जिमें हवा में देखते हो जिमें तीन के उपर देख ही रहे हो कि हवा विंड मिल हवा मिल किस तरह होंगी है वो आप इस बारे पढ़ते हाँ पानी खिंचन मतलब विंड मिल यूज टू ड्रॉ वाटर पानी खिंचन विंड मिल की वरतों की जाती है द विंड मिल इज यूज टू ड्रॉ वाटर विंड मिल की वरतों ਟਿਊਬਲ ਤੋਂ ਪਾਣੀ ਕੱਢਣ ਅਤੇ ਆਟਾ ਮਿੱਲਾਂ ਨੂੰ ਚਲਾਉਣ ਲਈ ਬਿਜਲੀ ਪੈਦਾ ਕਰਨ ਲਈ ਹਵਾ ਪਾਣੀ ਦੇ ਚੱਕਰ ਵਿੱਚ ਬਹੁਤ ਭੂਮਿਕਾ ਨਿਭਾਉਂਦੇ ਹਨ। The windmill used to draw water from tubewell and run flour mills. ਟਿਊਬਲ ਤੋਂ ਪਾਣੀ ਕੱਢਣ ਅਤੇ ਆਟਾ ਮਿੱਲਾਂ ਨੂੰ ਚਲਾਉਣ ਲਈ ਅਤੇ ਬਿਜਲੀ ਪੈਦਾ ਕਰਨ ਲਈ wind mill ਦੀ ਵਰਤੋਂ ਕੀਤੀ ਜਾਂਦੀ ਹੈ। ਏਅਰ ਪਲੇ ਔਨ ਇੰਪੋਰਟੈਂਟ ਰੋਲ ਇਨ ਵਾਟਰ ਸਾਈਕਲ ਹਵਾ ਪਾਣੀ ਦੇ ਚੱਕਰ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਥੈਂਕ ਯੂ ਸਟੂਡੈਂਟਸ